ਇੱਕ 15 ਸਾਲਾਂ ਮੁੰਡੇ ਦੀ ਦਰਦਨਾਕ ਮੌਤ ਹੋ ਗਈ ਹੈ। ਜੋ ਕਿ ਆਪਣੇ ਸਾਈਕਲ ਤੇ ਸਵਾਰ ਹੋ ਕੇ ਜਾ ਰਿਹਾ ਸੀ ਤਾਂ ਪਿੱਛੋਂ ਆਏ ਇੱਕ ਟਿੱਪਰ ਨੇ ਉਸਨੂੰ ਕੁਚਲ ਦਿੱਤਾ। ਮੌਕੇ ਤੇ ਹੀ ਇਸ 15 ਸਾਲਾਂ ਮੁੰਡੇ ਦੀ ਜਾਨ ਚਲੀ ਗਈ। ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਹੈ। ਦੱਸਿਆ ਜਾ ਰਿਹਾ ਹੈ ਕਿ ਅੰਕਿਤ ਨਾਮ ਦਾ ਇਹ 15 ਸਾਲਾਂ ਮੁੰਡਾ ਜੋ ਆਪਣੀ ਫੁੱਟਬਾਲ ਦੀ ਪ੍ਰੈਕਟਿਸ ਦੇ ਲਈ ਨਿਕਲਿਆ ਸੀ ਗਰਾਊਂਡ 'ਚ ਜਾਣਾ ਸੀ, ਤਾਂ ਜਦੋਂ ਇਹ ਰੋਡ ਤੋਂ ਲੰਘ ਰਿਹਾ ਸੀ ਤਾਂ ਪਿੱਛੋਂ ਆਉਂਦੇ ਇੱਕ ਟਿੱਪਰ ਨੇ ਇਸ ਨੂੰ ਕੁਚਲ ਦਿੱਤਾ ਤੇ ਦਰੜਦਾ ਹੋਇਆ ਅੱਗੇ ਲੰਘ ਗਿਆ, ਜਿਸ ਕਰਕੇ ਇਸ 15 ਸਾਲਾਂ ਮੁੰਡੇ ਦੀ ਮੌਕੇ ਤੇ ਹੀ ਮੌਤ ਹੋ ਗਈ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਇੱਥੇ ਟਿੱਪਰ ਚਾਲਕ ਹੀ ਜਿਹੜਾ ਹੈ ਉਹ ਪਿੱਛੋਂ ਤੇਜ਼ੀ ਨਾਲ ਆ ਰਿਹਾ ਸੀ ਅਤੇ ਇਸ ਸਾਈਕਲ ਸਵਾਰ ਮੁੰਡੇ ਨੂੰ ਕੁਚਲਦਾ ਹੋਇਆ ਅੱਗੇ ਲੰਘ ਗਿਆ। ਮੌਕੇ ਤੇ ਹੀ ਇਸ ਮੁੰਡੇ ਦੀ ਮੌਤ ਹੋ ਗਈ। ਅੰਕਿਤ ਦੇ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਉਹ ਇਨਸਾਫ਼ ਦੀ ਮੰਗ ਕਰ ਰਹੇ ਨੇ। ਹਾਦਸਾ ਗੜਸ਼ੰਕਰ ਅਨੰਦਪੁਰ ਸਾਹਿਬ ਰੋਡ ਤੇ ਹੋਇਆ ਹੈ, ਜਿੱਥੇ ਅੰਕਿਤ ਆਪਣੇ ਸਾਈਕਲ ਤੇ ਸਵਾਰ ਹੋ ਕੇ ਫੁੱਟਬਾਲ ਦੀ ਪ੍ਰੈਕਟਿਸ ਕਰਨ ਦੇ ਲਈ ਜਾ ਰਿਹਾ ਸੀ। ਇਸੇ ਦੌਰਾਨ ਹੀ ਪਿੱਛੋਂ ਆਉਂਦੇ ਟਿੱਪਰ ਨੇ ਪਹਿਲਾਂ ਟੱਕਰ ਮਾਰੀ ਤੇ ਫਿਰ ਇਸ ਮੁੰਡੇ ਦੇ ਉੱਤੋਂ ਹੀ ਟਿੱਪਰ ਲੰਘਾ ਦਿੱਤਾ, ਜਿਸ ਕਰਕੇ ਉਸਦੀ ਮੌਕੇ ਤੇ ਹੀ ਜਾਨ ਨਿਕਲ ਗਈ। ਹੁਣ ਪਰਿਵਾਰ ਰੋ ਰੋ ਕੇ ਇਨਸਾਫ਼ ਦੀ ਗੁਹਾਰ ਲਗਾ ਰਿਹਾ ਹੈ। ਪੁਲਿਸ ਦੇ ਵੱਲੋਂ ਵੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਅੱਜ ਬਹੁਤ ਹੀ ਦੁਖਦਾਈ ਘਟਨਾ ਹੋਈ ਹੈ। ਸਾਡੇ ਕੋਲ ਮੁੰਡਾ ਇਹ ਫੁੱਟਬਾਲ ਦੀ ਪ੍ਰੈਕਟਿਸ ਕਰਨ ਆਉਂਦਾ ਸੀ, 14-15 ਸਾਲ ਦੀ ਇਹਦੀ ਉਮਰ ਸੀਗੀ ਬੱਚੇ ਦੀ। ਅੱਜ ਸਵੇਰੇ ਅਨੰਦਪੁਰ ਸਾਹਿਬ ਤੋਂ ਰੋਡ ਤੋਂ ਆ ਰਿਹਾ ਸੀਗਾ ਵਾਪਸ, ਜਾ ਰਿਹਾ ਸੀਗਾ ਉੱਥੇ ਗੌਰਮੈਂਟ ਸਕੂਲੇ ਖੇਡਣ ਵਾਸਤੇ, ਅਤੇ ਇਹਦਾ ਰਸਤੇ ਦੇ ਵਿੱਚ ਇੱਕ ਟਿੱਪਰ ਜਿਹੜਾ ਕਿ ਬਜਰੀ ਦੇ ਨਾਲ ਭਰਿਆ ਹੋਇਆ ਸੀਗਾ, ਉਹਦੇ ਥੱਲੇ ਆਉਣ ਕਰਕੇ ਇਹਦੀ ਮੌਤ ਹੋ ਗਈ ਬੱਚੇ ਦੀ, ਅਤੇ ਸਰੀਰ ਦੇ ਵੀ 2 ਟੋਟੇ ਹੋ ਗਏ। ਜਿਹੜਾ ਟਰੱਕ ਡਰਾਈਵਰ ਹੈ ਉਹ ਮੌਕੇ ਤੋਂ ਫਰਾਰ ਹੋ ਗਿਆ, ਅਤੇ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹਨੂੰ ਅਰੈਸਟ ਕਰਕੇ ਬੰਦੇ ਨੂੰ, ਅਤੇ ਉਹਦੇ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ। ਅਤੇ ਇਹ ਟਿੱਪਰ ਜਿਹੜੇ ਆ ਅੰਨੇਵਾਹ ਚੱਲਦੇ ਆ, ਸਵੇਰ ਨੂੰ ਇਹਨਾਂ ਨੂੰ ਪਤਾ ਨਹੀਂ ਮੁੰਡਾ ਬਿਲਕੁਲ ਕੱਚੇ 'ਤੇ ਜਾ ਰਿਹਾ ਸੀਗਾ, ਅਤੇ ਉਹਨੂੰ ਕੱਚੇ 'ਤੇ ਹੀ ਟਰੱਕ ਵਾਲੇ ਨੇ ਦਰੜ ਦਿੱਤਾ ਅਤੇ ਉਹਦੇ ਸਰੀਰ ਦੇ 2 ਟੋਟੇ ਹੋ ਗਏ। ਬਹੁਤ ਹੀ ਦੁੱਖ ਲੱਗਿਆ, ਪਰਿਵਾਰ ਨੂੰ ਇਨਸਾਫ਼ ਮਿਲਣਾ ਚਾਹੀਦਾ। ਉਹਦੇ ਫਾਦਰ ਦੀ ਪਹਿਲੇ 6 ਮਹੀਨੇ ਡੈਥ ਹੋ ਚੁੱਕੀ ਸੀਗੀ ਬੱਚੇ ਦੇ ਪਿਤਾ ਦੀ, ਅਤੇ ਹੁਣ ਉਹ ਜਿਹੜਾ ਆਸਰਾ ਸੀਗਾ ਇੱਕ, ਅਤੇ ਉਹ ਵੀ ਉਹ ਘਰ ਦਾ ਜਿਹੜਾ ਚਿਰਾਗ ਆ ਉਹ ਬੁਝ ਗਿਆ, ਅਤੇ ਵੱਡਾ ਵੱਡਾ ਮੁੰਡਾ ਸੀਗਾ ਇਹ। ਅਤੇ ਅਸੀਂ ਸਾਰਿਆਂ ਤੋਂ ਇਹੀ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਅਤੇ ਉਹਨਾਂ ਦੇ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਬੱਚੇ ਇਨਸਾਫ਼ ਦਿੱਤਾ ਜਾਵੇ। ਅੱਜ ਸਵੇਰੇ ਕਰੀਬ 6 ਵਜੇ 112 ਹੈਲਪਲਾਈਨ ਦੇ ਉੱਤੇ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਅਨੰਦਪੁਰ ਰੋਡ 'ਤੇ ਐਕਸੀਡੈਂਟ ਹੋਇਆ। ਜੋ ਮੌਕੇ 'ਤੇ ਆ ਕੇ ਦੇਖਿਆ ਵੀ ਇੱਕ ਲੜਕਾ ਅਨਕਿਤ, ਜਿਸ ਦੀ ਉਮਰ 15 ਸਾਲ ਸੀ, ਜੋ ਫੁੱਟਬਾਲ ਪ੍ਰੈਕਟਿਸ ਲਈ ਗਰਾਊਂਡ ਵਿੱਚ ਜਾ ਰਿਹਾ ਸੀ, ਜਿਸ ਤੋਂ ਇੱਕ ਪਿੱਛੋਂ ਆ ਰਹੇ ਟਿੱਪਰ ਨੰਬਰੀ PB65AD3527 ਨੇ ਹੇਠਾਂ ਦੇ ਕੇ ਐਕਸੀਡੈਂਟ ਕਰ ਦਿੱਤਾ, ਉਹ ਜਿਸ ਨਾਲ ਉਸ ਲੜਕੇ ਦੀ ਮੌਤ ਹੋ ਗਈ ਹੈ। ਡੈੱਡ ਬੋਡੀ ਨੂੰ ਜਿਹੜਾ ਆ ਸਿਵਲ ਹਸਪਤਾਲ ਗੜਸ਼ੰਕਰ ਰਖਾ ਦਿੱਤਾ। ਪਰਿਵਾਰ ਦੇ ਬਿਆਨ ਹਾਸਲ ਕਰਕੇ ਜੋ ਵੀ ਟਿੱਪਰ ਵਾਲੇ ਦੇ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ। ਨਹੀਂ, ਟਿੱਪਰ ਦਾ ਜਿਹੜਾ ਡਰਾਈਵਰ ਸੀ ਇਹ ਮੌਕੇ ਤੋਂ ਟਿੱਪਰ ਖੜ੍ਹਾ ਕਰਕੇ ਦੌੜ ਗਿਆ, ਬਾਕੀ ਉਹਦੀ ਭਾਲ ਕਰਕੇ ਉਹਨੂੰ ਵੀ ਕਾਬੂ ਕਰ ਲਿਆ ਜਾਵੇਗਾ। ਇਹ ਅਨੰਦਪੁਰ ਸਾਹਿਬ ਸਾਈਡ ਤੋਂ ਹੀ ਆ ਰਿਹਾ ਸੀਗਾ ਟਿੱਪਰ, ਅਤੇ ਲੜਕਾ ਵੀ ਉਸੇ ਰੋਡ ਤੋਂ ਹੀ ਜਿਹੜਾ ਗੜਸ਼ੰਕਰ ਨੂੰ ਆ ਰਿਹਾ ਸੀ।